ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਜਿਵੇਂ ਗੁਰਬਾਣੀ ਦਾ ਫਰਮਾਨ ਆ ਕਿ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਣ ਹਉਮੈ ਵਿੱਚੋਂ ਜਾਏ ਆਪਾਂ ਇਹ ਤਾਂ ਦੇਖਦੇ ਆ ਕਿ ਸੇਵਾ ਦੇ ਵਿੱਚੋਂ ਹਨਾ ਮੇਵਾ ਜਿਹੜਾ ਹੁੰਦਾ ਉਹ ਅਵਸ਼ਿਅ ਮਿਲਦਾ ਹੈ ਅਗਰ ਕੋਈ ਮਾਨਤਾ ਸੰਕਲਪ ਹੋਵੇ ਹਨਾ ਅਗਰ ਜਿਹੜੀ ਸੇਵਾ ਮਨੋਖਿੱਤੀ ਜਾਵੇ ਦਿਲ ਲਾ ਕੇ ਕੀਤੀ ਜਾਵੇ ਉਦਮਚਾ ਦੇ ਨਾਲ ਕੀਤੀ ਜਾਵੇ ਤੇ ਇਹ ਸੇਵਾ ਮਨ ਦੇ ਸੰਕਲਪ ਨੂੰ ਪੂਰਾ ਕਰ ਦਿੰਦੀ ਆ ਇਹ ਕਮਾਲ ਦੀ ਖੇਡ ਆ ਇਹ ਤਾਂ ਆਪਾਂ ਸਾਰੇ ਜਾਣਦੇ ਆ ਜਿਵੇਂ ਆਪਾਂ ਦੇਖਦੇ ਆ ਕਿ ਇੱਕ ਨਿਊਜ਼ੀਲੈਂਡ ਦੀ ਘਟਨਾ ਹੈਗੀ ਆ ਉੱਥੇ ਇੱਕ ਸਿੱਖ ਨੇ ਜਿਹੜੀ ਸੀਗੀ ਉਹ ਸਾਂਝੀ ਕੀਤੀ ਸੀ ਉਹਦੇ ਵਿੱਚ ਦੱਸ ਸਕਾ ਕਿ ਉੱਥੇ ਇੱਕ ਹਨਾ ਗੁਰੂ ਘਰ ਦੇ ਵਿੱਚ ਹਨਾ ਮੈਂ ਸੇਵਾ ਕਰਦਾ ਸੀਗਾ ਜਦ ਸੇਵਾ ਕਰਦਾ ਸੀਗਾ ਤੇ ਮੈਨੂੰ ਸੇਵਾ ਕਰਦੇ ਆ ਦੇਖਿਆ ਦੇਖਦੇ ਨੇ ਉੱਥੇ ਇੱਕ ਅਧ ਖੜ ਉਮਰ ਦੇ ਜਿਹੜੇ ਸੀਗੇ ਉਹ ਗੋਰਿਆਂ ਦਾ ਇੱਕ ਜਿਹੜਾ ਸੀਗਾ ਉਹ ਬਫਦ ਜਿਹਦੇ ਵਿੱਚ ਪਤੀ ਪਤਨੀ ਸੀ ਦੋਨੇ ਜਣੇ ਉਹ ਉੱਥੇ ਆਏ ਤੇ ਕਹਿੰਦੇ ਉਹਨਾਂ ਨੇ ਆ ਕੇ ਹਨਾ ਮੇਰਨਾ ਜਿਹੜੇ ਸੀਗੀ ਉਹ ਸਾਸਰੀ ਕਾਲ ਕੀਤੀ ਉਸ ਤੋਂ ਬਾਅਦ ਕਹਿਣ ਲੱਗੇ ਕਹਿੰਦੇ ਸਰਦਾਰ ਤੁਸੀਂ ਇੱਥੇ ਕੀ ਕਰਦੇ ਕਹਿੰਦੇ ਮੈਂ ਕਿਭੀ ਮੈਂ ਸੇਵਾ ਕਰਦਾ ਫਿਰ ਕਿੰਨੇ ਮੈਨੂੰ ਕਹਿਣ ਲੱਗੇ ਕਹਿੰਦੇ ਵੀ ਅਸੀਂ ਵੀ ਅਸੀਂ ਵੀ ਸੇਵਾ ਕਰ ਸਕਦੇ ਮੈਂ ਕਿਹਾ ਕਿਉਂ ਨਹੀਂ ਅਗਰ ਟਡਾ ਚਿਤ ਕਰ ਸਾ ਹੈਗੇ ਤਾਂ ਤੁਸੀਂ ਵੀ ਕਰ ਲਓ ਕਹਿੰਦੇ ਮੈਂ ਤਾਂ ਥੋੜੀ ਜਿਹੀ ਸੇਵਾ ਕਰਕੇ ਜਿਹੜਾ ਬਾਹਰ ਕੋਈ ਦਰਖਤ ਸੀਗਾ ਉਹਦੇ ਥੱਲੇ ਬੈਠਾ ਜਿਹੜਾ ਸੀਗਾ ਉਹ ਆਰਾਮ ਕਰ ਰਿਹਾ ਸੀਗਾ ਪਰ ਮੈਂ ਦੇਖੇ ਕਿ ਦੋਨੇ ਜਿਹੜੇ ਪਤੀ ਪਤਨੀ ਸੀਗੇ ਉਹ ਜਿਉਂ ਗੁਰੂ ਘਰ ਦੀ ਸੇਵਾ ਕਰਨ ਲੱਗੇ ਇਹਨੇ ਮਨ ਦੇ ਨਾਲ ਜਿਨੇ ਚਾਹ ਦੇ ਨਾਲ ਤੇ ਕਹਿੰਦੇ ਉਹ ਸੇਵਾ ਜਿਹੜੀ ਸੀ ਉਹ ਕਈ ਚਿਰ ਕਰਦੇ ਰਹੇ ਜਦ ਤੱਕ ਇਹਨੇ ਉਹਨਾਂ ਦਾ ਮੈਂ ਇਹ ਪ੍ਰੇਮ ਸੇਵਾ ਦੇ ਵਿੱਚ ਦੇਖਿਆ ਹਨਾ ਤਾਂ ਫਿਰ ਗੁਰਸੇਹਿ ਕਹਿਣ ਲੱਗੇ ਕਿ ਮੇਰੇ ਮਨ ਦੇ ਵਿੱਚ ਇੱਕ ਫੁਰਨਾ ਜਾਗਿਆ ਤੇ ਮੈਂ ਮਨ ਵਿੱਚ ਇਹ ਜਿਹੜੀ ਸੀ ਉਹ ਅਰਦਾਸ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਦੇਖੋ ਇਹ ਜਿਹੜਾ ਜੋੜਾ ਹੈਗਾ ਅੱਧ ਖੜਜੀ ਉਮਰ ਦਾ ਹੈਗਾ ਤੇ ਇਸ ਸਿੱਖ ਵੀ ਨਹੀਂ ਗੇ ਇਧਰਲੇ ਜਿਹੜੇ ਹੈਗੇ ਇਹ ਬਸਨੀਕ ਆ ਗੋਰਾ-ਗੋਰੀ ਤੇ ਸੇਵਾ ਬੜੇ ਪ੍ਰੇਮ ਨਾਲ ਕਰ ਰਹੇ ਆ ਅੱਛਾ ਵਾਹਿਗੁਰੂ ਕਿਰਪਾ ਕਰ ਅਗਰ ਇਹਨਾਂ ਦੇ ਮਨ ਦੀ ਕੋਈ ਇੱਛਾ ਹਨਾ ਉਹਨੂੰ ਫੜ ਲਾ ਕਿੰਦੇ ਦੇਖੋ ਅਰਦਾਸ ਤਾਂ ਮੇਰੇ ਵੈਸੇ ਜਿਹੜੀ ਹਨਾ ਸੁਭਾਅਕ ਹੀ ਅੰਦਰੋਂ ਜਿਹੜੀ ਸੀ ਉਹ ਫੁਰਨੇ ਦੇ ਰੂਪ ਦੇ ਵਿੱਚ ਨਿਕਲੀ ਆ ਪਰ ਕਮਾਲ ਇਹ ਹੋ ਗਈ ਆ ਕਿ ਜਦੋਂ ਉਹ ਜਿਹੜਾ ਗੋਰਾ ਗੋਈ ਸੀ ਉਹ ਕੋਸ਼ ਜਿਹੜਾ ਹਨਾ ਦਿਨਾਂ ਦੇ ਬਾਅਦ ਜਿਹੜੇ ਸੀ ਉਹ ਬਫਸ ਫੇਰ ਕਿੰਦੇ ਉਸੇ ਗੁਰਦਾਰੇ ਆਏ ਜਿੱਥੇ ਮੈਂ ਸੇਵਾ ਕਰਦਾ ਸੀ ਉਹ ਫੇਰ ਮੈਨੂੰ ਮਿਲੇ ਤੇ ਕਹਿੰਦੇ ਇੰਨੇ ਡਾਡੇ ਉਹ ਪ੍ਰਸੰਨ ਸੀਗੇ ਹਨਾ ਤੇ ਕਹਿੰਦੇ ਮੈਂ ਹੈਰਾਨ ਹੋਇਆ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਵਿਆਹ ਨੂੰ ਸ਼ਾਦੀ ਨੂੰ ਬਹੁਤ ਟਾਈਮ ਹੋਇਆ ਸੀ ਉਹਨਾਂ ਦੇ ਕੋਈ ਬੱਚਾ ਨਹੀਂ ਸੀ ਪਰ ਕਹਿੰਦੇ ਵੀ ਹੁਣ ਡਾਕਟਰੀ ਰਿਪੋਰਟ ਆਈ ਹੈ ਕਿ ਜਿਹੜੀ ਮੇਰੀ ਪਤਨੀ ਹੈ ਹਨਾ ਇਹ ਹੁਣ ਗਰਭਪਤੀ ਹੋ ਗਈ ਕਹਿੰਦੇ ਉਹ ਦੇਖ ਕੇ ਕਹਿੰਦੇ ਵੀ ਅਸੀਂ ਹੈਰਾਨ ਹੋ ਗਏ ਕਿ ਜੇ ਇਸ ਦੀ ਖਾਤਰ ਅਸੀਂ ਬਹੁਤ ਸਾਰੇ ਡਾਕਟਰਾਂ ਤੋਂ ਇਲਾਜ ਕਰਾਇਆ ਬੜਾ ਕੁਝ ਕੀਤਾ ਲੇਕਿਨ ਇੱਥੇ ਇੱਕ ਦਿਨ ਦੀ ਸੇਵਾ ਨੇ ਹਨਾ ਸਾਨੂੰ ਜਾਨੀ ਕਿ ਐਡਾ ਭਾਰਾ ਫਲ ਦੇ ਦਿੱਤਾ ਹੈ ਕਿੰਨੇ ਜਦੋਂ ਇਹ ਗੱਲ ਦੱਸੀ ਤਾਂ ਕਿੰਨੇ ਮੈਨੂੰ ਫਿਰ ਜਿਹੜੀ ਸੀ ਉਹ ਗੱਲ ਯਾਦ ਆਈ ਵੀ ਜਿੱਦਣ ਇਹ ਪਹਿਲੇ ਦਿਨ ਸੇਵਾ ਕਰਨ ਗਏ ਸੀ ਪਤੀ ਪਤਨੀ ਤੇ ਇਹਨਾਂ ਨੇ ਬੜੇ ਰੀਜ ਦੇ ਨਾਲ ਬੜੇ ਪ੍ਰੇਮ ਨਾਲ ਸੇਵਾ ਕੀਤੀ ਸੀ ਤਾਂ ਮੇਰੇ ਅੰਦਰੋਂ ਇਹ ਦੀ ਸੇਵਾ ਭਾਵਨਾ ਨੂੰ ਦੇ ਕੇ ਹਨਾ ਸਤਿਗੁਰੂ ਦੇ ਚਰਨਾਂ ਦੇ ਅੱਗੇ ਇਹ ਅਰਦਾਸ ਨਿਕਲੀ ਸੀ ਕਿ ਅਗਰ ਇਹਨਾਂ ਦੀ ਕੋਈ ਇੱਛਾ ਹੈਗੀ ਮੰਨ ਜੇ ਕੋਈ ਸੰਕਲਪ ਕੋਈ ਫੁਰਨਾ ਹਨਾ ਵੀ ਉਹਨੂੰ ਪੂਰਾ ਕਰ ਦੇ ਕਿੰਨੇ ਦੇਖੋ ਇਹਨਾਂ ਦੇ ਮਨ ਦੀ ਜਿਹੜੀ ਇੱਛਾ ਸੰਕਲਪ ਸੀ ਜਿਹੜਾ ਵਾਹਿਗੁਰੂ ਘਟ-ਘਟ ਕੇ ਅੰਦਰ ਕੀ ਜਾਣਦਾ ਹੈਗਾ ਤੇ ਉਹ ਪੂਰੀ ਕਰ ਦਿੱਤੀ ਉਹ ਕੀ ਸੀਗੀ ਉਹ ਉਹਨਾਂ ਦੀ ਸੀ ਸੰਤਾਨ ਦੀ ਇੱਛਾ ਜਿਹੜੀ ਉਹਨਾਂ ਦੇ ਅੰਦਰ ਜਿਹੜੀ ਹੈ ਨਾ ਛੁਪੀ ਹੋਈ ਸੀ ਪਰ ਕਹਿੰਦੇ ਦੇਖੋ ਮਾਲਕ ਨੇ ਥੋੜਾ ਟਾਈਮ ਸੇਵਾ ਕੀਤੀ ਤਾਂ ਕਿੰਨਾ ਪਰਾ ਫਲ ਦੇ ਦਿੱਤਾ ਸੋ ਇਸ ਤਰ੍ਹਾਂ ਦੀਆਂ ਅਨੇਕ ਜਿਹੜੀਆਂ ਹਨ ਆਪਾਂ ਜੋ ਵੀ ਗੁਰਸਿੱਖਾਂ ਦੇ ਨਾਲ ਵਾਪਰਦੀਆਂ ਹੈਗੀਆਂ ਜੈਨੂ ਗੁਰਬਾਣੀ ਨੇ ਕਿ ਆਖਿਆ ਹੈ ਕਿ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਏ ਕਹਿੰਦੇ ਜਿਹੜੀ ਉਹਦੇ ਮਨ ਦੀ ਸ਼ਰਧਾ ਹੁੰਦੀ ਆ ਜੋ ਸੰਕਲਪ ਹੁੰਦਾ ਉਹ ਅਗਰ ਵਾਹਿਗੁਰੂ ਦਿਆਲ ਹੋ ਜਵੇ ਉਹਨਾਂ ਦੀ ਸੇਵਾ ਤੇ ਪ੍ਰਸੰਨ ਹੋ ਜਵੇ ਉਹਨਾਂ ਦੀ ਸ਼ਰਧਾ ਨੂੰ ਪੂਰਾ ਕਰ ਦਿੰਦਾ ਭਾਗ ਲਾ ਦਿੰਦਾ ਇਹ ਤਾਂ ਅਸੀਂ ਆਮ ਜਿਹੜੀ ਕਿ ਸਾਰੇ ਗੁਰੂ ਘਰ ਦੇ ਵਿੱਚ ਹਨ ਇੱਕ ਦੇਖਦੇ ਆ ਪਰ ਇੱਕ ਜਿਹੜੀ ਹੈਗੀ ਆ ਜੋ ਕਮਾਲ ਦੀ ਗੱਲ ਏ ਹੈਗਾ ਕਿ ਕਈ ਵਾਰੀ ਅਸੀਂ ਬਿਲਕੁਲ ਨਿਸ਼ਕਾਮ ਹੋ ਕੇ ਜਿਹੜੇ ਹੈ ਨਾ ਸੇਵਾ ਕਰਦੇ ਆ ਤੇ ਲੇਕਿਨ ਉਹ ਸੇਵਾ ਜਿਹੜੀ ਨਿਸ਼ਕਾਮ ਹੋ ਕੇ ਕਰਦੇ ਆ ਉਹ ਵੀ ਬੜੇ ਪ੍ਰੇਮ ਉਦਮ ਉਤਸ਼ਾਹਤ ਜਦੋਂ ਚਾਹ ਦੇ ਨਾਲ ਕਰਦੇ ਆ ਉਹਦਾ ਫਲ ਜਦੋਂ ਹੁੰਦਾ ਹੈਗਾ ਤੇ ਉਹ ਐਸਾ ਫਲ ਹੈਗਾ ਕਿ ਜਿਹਦੀ ਕੋਈ ਸੇਵਾਦਾਰ ਜਿਹੜਾ ਹਨਾ ਜੋ ਉਹ ਸੇਵਾ ਕਰ ਰਿਹਾ ਹੈਗਾ ਉਹਦੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਖਿਆਲ ਨਹੀਂ ਆਇਆ ਕਿ ਵਾਹਿਗੁਰੂ ਐਡਾ بڑا ਮੈਨੂੰ ਫਲ ਦੇ ਦੇਊਗਾ ਤੇ ਇਹ ਜਿਹੜਾ ਫਲ ਮਿਲਦਾ ਹਨਾ ਜਿਹਦੇ ਵਿੱਚ ਬਿਲਕੁਲ ਨਿਸ਼ਕਾਮ ਹੁੰਦੀ ਸੇਵਾ ਉਹ ਦੇ ਵਿੱਚ ਫਲ ਮਿਲਦਾ ਹੈਗਾ ਵਾਹਿਗੁਰੂ ਦੇ ਦਰਸ਼ਨਾਂ ਦਾ ਦੇਖੋ ਉਹ ਵੀ ਦਰਸ਼ਨ ਐਸੇ ਜਿਹੜੇ ਪ੍ਰਤੱਖ ਦਰਸ਼ਨ ਹੈ ਇਸੇ ਕਰਕੇ ਸਾਨੂੰ ਗੁਰਬਾਣੀ ਨੇ ਅਖਿਆ ਕਿ ਸੇਵਾ ਕਰਤ ਹੋਵੇ ਨਹਿਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਕਿ ਜਿਹੜਾ ਇਨਸਾਨ ਜਾਂ ਗੁਰਸਿੱਖ ਕੋਈ ਵੀ ਜਿਹੜਾ ਹਨਾ ਰੱਬ ਦਾ ਪਿਆਰਾ ਹੈਗਾ ਇੱਕ ਅਗਰ ਉਹ ਬਿਲਕੁਲ ਨਿਸ਼ਕਾਮ ਹੋ ਕੇ ਸੇਵਾ ਕਰੇ ਅੰਦਰ ਕਿਸੇ ਤਰ੍ਹਾਂ ਦਾ ਕੋਈ ਫੁਰਨਾ ਧਾਰ ਕੇ ਸੇਵਾ ਅਗਰ ਨਹੀਂ ਕਰਦਾ ਹੈਗਾ ਲੇਕਿਨ ਉਹ ਸੇਵਾ ਦੇ ਵਿੱਚ ਪ੍ਰੇਮ ਜੋਸ਼ ਜਿਹੜਾ ਨਾ ਉਹ ਛਾਲੇ ਖਾਂਦਾ ਹੈ ਅੰਦਰ ਅੰਦਰ ਨੂੰ ਇੱਕ ਖਿੱਚ ਹੈਗੀ ਆ ਇੱਕ ਪ੍ਰੇਮ ਦਾ ਦਰਦ ਹੈਗਾ ਬਸ ਇਹੋ ਜਿਹੀ ਜਿਹੜੀ ਸੇਵਾ ਹਨ ਉਹਦਾ ਫਲ ਕੀ ਹੈ ਉਹਦਾ ਫਲ ਵਾਹਿਗੁਰੂ ਆਪ ਪ੍ਰਸੰਨ ਹੋ ਕੇ ਉਹਨਾਂ ਨੂੰ ਪ੍ਰਤੱਖ ਦਰਸ਼ਨ ਹੀ ਦੇ ਦਿੰਦਾ ਸੋ ਇਹੋ ਜੀਆਂ ਹਨ ਜਿਹੜੀਆਂ ਹੈਗੀਆਂ ਦੋ ਕਟਨਾਮਾ ਇੱਕ ਪੁਰਾਤਨ ਤੇ ਇੱਕ ਅੱਜਕੱਲ ਦੀ ਦਾਸ ਆਪ ਦੇ ਨਾਲ ਸਾਂਝਾ ਕਰਦਾ ਜਿਸ ਵਿੱਚ ਸਾਨੂੰ ਮਿਲਦਾ ਹੈ ਕਿ ਸੇਵਾ ਦੇ ਅੰਦਰ ਦਰਸ਼ਨ ਉਦੋਂ ਹੁੰਦੇ ਹੈ ਜਦੋਂ ਵਾਹਿਗੁਰੂ ਹਨ ਟੁੱਟ ਜਾਂਦਾ ਹੈਗਾ ਇਨੂੰ ਟੁੱਠੇ ਦਰਸ਼ਨ ਵੀ ਕਰਵਾਉਣੀ ਚਾਹਖਦੇ ਆ ਹੁਣ ਪਹਿਲੀ ਜਿਹੜੀ ਘਟਨਾ ਹੈਗੀ ਆ ਉਹ ਆਪਾਂ ਮਹਾਪੁਰਖਾਂ ਦੀ ਲੈ ਲੈਂਦੇ ਆ ਕਿ ਜਿਵੇਂ ਸੰਤ ਬਾਬਾ ਮਿਸ ਸਿੰਘ ਜੀ ਮਹਾਪੁਰਖ ਹੋਇਆ ਜਿਹੜੇ ਸੰਤ ਬਾਬਾ ਮਿਸ ਸਿੰਘ ਮਹਾਪੁਰਖ ਸੇ ਹੋਇਆ ਇਹ ਸੰਤ ਬਾਬਾ ਅਤਰਸ ਹੋਣਾਂ ਦੇ ਸਮੇਂ ਦੇ ਵਿੱਚ ਹੋਇਆ ਦੇਖੋ ਇਹਨਾਂ ਦਾ ਜਿਹੜਾ ਪ੍ਰੇਮ ਭਾਵ ਸੇਵਾ ਦਾ ਹੈਗਾ ਉਹ ਇੰਨਾ ਪਰਵਲ ਹੈਗਾ ਕਿ ਜਿਸ ਟਾਈਮ ਇਹ ਜਿਹੜੀ ਸੀਗੀ ਉਸ ਟਾਈਮ ਪਰਗਟ ਨੇਸੀ ਹੋਈ ਜਾਇਓ ਕਹਿ ਲੋ ਕਿ ਉਹ ਸਮਸਗਾ ਜਦੋਂ ਇਹ ਫੌਜ ਦੇ ਵਿੱਚ ਬਿਲਕੁਲ ਜਵਾਨੀ ਦੀ ਉਮਰ ਇਹਨਾਂ ਦੀ ਸੀਗੀ ਚੜਦੀ ਜਵਾਨੀ ਦੀ ਉਮਰ ਮਾਪੁਰਖਾਂ ਦੀ ਸੰਤ ਬਾਬਾ ਮਿਸਹ ਹੁਣਾਂ ਦੀ ਜਦੋਂ ਇਹ ਜਿਹੜੀ ਸੀ ਨਾ ਫੌਜ ਦੇ ਵਿੱਚ ਜਿਹੜੀ ਸੀ ਭਰਤੀ ਹੋਈ ਸੀ ਇੱਕ ਵਾਰ ਫਿਰ ਮਾਪੁਰਖਾਂ ਨੇ ਦੱਸਿਆ ਸੀਗਾ ਉਹ ਇਹ ਦੱਸਿਆ ਸੀਗਾ ਕਿੰਨੇ ਇੱਕ ਵਾਰੀ ਸਾਡੇ ਜਿਹੜਾ ਹਨ ਪਲਟੂਨ ਹੈਗੀ ਆ ਬੰਗਾਲ ਦੇ ਵਿੱਚ ਗਈ ਤੇ ਬੰਗਾਲ ਦੇ ਵਿੱਚ ਇੱਕ ਗੁੰਡ ਪਹਾੜ ਹੈ ਕਿੰਦੇ ਕੁਦਰਤੀ ਵੈਗੁਰੂ ਬਲੋਂ ਮੇਰੀ ਡਿਊਟੀ ਜਿਹੜੀ ਸੀ ਉਹ ਲਈ ਆ ਸਰਕਾਰ ਨੇ ਵਿਤ ਹੈ ਉੱਪਰ ਇੱਕ ਚਸ਼ਮਾ ਜਿਹੜਾ ਪਾਣੀ ਦਾ ਚੱਲਦਾ ਹੈਗਾ ਬੜਾ ਪਵਿੱਤਰ ਸਾਫ਼ ਹੈਗਾ ਤੇ ਤੈਂ ਥੱਲੇੋਂ ਖਚਰਾ ਲੈ ਜਾਣੀਆਂ ਖਚਰਾ ਦੇ ਉੱਤੇ ਹਨ ਜਿਹੜੀਆਂ ਮਿੱਟੀ ਦੀਆਂ ਘਰੋਟੀਆਂ ਜਿਹੜੀਆਂ ਹੈਗੀਆਂ ਉਹ ਦਰ 4 4 5 5 ਜਿਹੜੀਆਂ ਉਹਨੂੰ ਲੱਗ ਲੈਣਾ ਜਦ ਘਰੋਟੀਆਂ ਲੱਧੀਆਂ ਜਾਣ ਉੱਪਰੋਂ ਚਸ਼ਮੇ ਤੋਂ ਪਾਣੀ ਜਿਹੜਾ ਭਰ-ਭਰ ਕੇ ਥੱਲੇ ਕੈਂਪ ਜਿੱਥੇ ਜਵਾਨ ਰਹਿੰਦੀ ਆ ਇਹਨਾਂ ਦੇ ਵਾਸਤੇ ਲਿਆਉਣਾ ਕਹਿੰਦੇ ਜੀ ਨੌਕਰੀ ਤੇ ਡਿਊਟੀ ਡਿਊਟੀ ਆ ਬਸ ਉੱਥੇ ਕਹਿੰਦੇ ਵੀ ਬਸ ਸੱਤ ਬਚਨ ਜਾਂ ਜਸਤ ਵਗੈਰਾ ਤਾਂ ਕੋਈ ਗੱਲ ਹੀ ਨਹੀਂ ਹੈ ਕਹਿੰਦੇ ਮੈਂ ਨੂੰ ਜਿਹੜੀਆਂ ਕੁਛ ਖਚਰਾਂ ਦਿੱਤੀਆਂ ਗਈਆਂ ਮੈਂ ਮਿੱਟੀ ਦੀਆਂ ਘਰੋਟੀਆਂ ਨਹੀਂ ਖਚਰਾਂ ਤੇ ਲੱਦ ਕੇ ਜਦ ਪਹਿਲੇ ਦਿਨੋਂ ਚਸ਼ਮੇ ਦੇ ਉੱਪਰ ਗਿਆ ਪਹਾੜੀ ਦੇ ਵਿੱਚ ਤੇ ਕਿੰਨੇ ਮੈਂ ਕੀ ਦੇਖਿਆ ਰਸਤੇ ਦੇ ਵਿੱਚ ਇੱਕ ਪਿੰਡ ਛੋਟਾ ਜਿਹਾ ਪਿੰਡ ਪਹਾੜੀਆਂ ਦਾ ਉਹ ਇਹ ਜਿਹੜੀ ਘਟਨਾ ਹੈਗੀ ਬੰਗਾਲ ਸਟੇਟ ਦੇ ਵਿੱਚ ਇੱਕ ਗੁੰਡ ਪਹਾੜਾ ਉੱਥੇ ਦੀ ਮਹਾਂਪੁਰਖ ਹੰਦਸੀ ਸੀ ਸੋ ਉਹਦੇ ਵਿੱਚ ਉਹਨੇ ਦੱਸਿਆ ਸੀਗਾ ਕਿ ਜਦੋਂ ਮੈਂ ਉਸ ਪਿੰਡ ਕੋਲੋਂ ਦੀ ਲੰਘਿਆ ਤੇ ਕਿੰਨੇ ਮੈਂ ਕੀ ਤੱਕਿਆ ਕਿ ਉਸ ਪਿੰਡ ਦੇ ਵਿੱਚ ਹਨ ਇੱਕ ਛੋਟਾ ਜਿਹਾ ਥੜਾ ਸੀਗਾ ਤੇ ਜਿਹੜਾ ਥੜਾ ਸੀਗਾ ਉਸ ਨੂੰ ਮੈਂ ਦੇਖਿਆ ਹੈਗਾ ਕਿ ਜਿਹੜੇ ਪਿੰਡ ਦੇ ਕੁਝ ਸੱਜਣ ਹਨ ਉਹ ਥੜੇ ਨੂੰ ਮੱਥਾ ਟੇਕਦੇ ਆ ਮੱਥਾ ਟੇਕਦੇ ਚਲੇ ਜਾਂਦੇ ਆ ਤੇ ਮੇਰੇ ਮਨ ਵਿੱਚ ਇਹ ਆਇਆ ਵੀ ਪਤਾ ਨਹੀਂ ਹੋ ਸਕਦਾ ਕਿਸੇ ਦੀ ਕੋਈ ਜਗ੍ਹਾ ਹੋਵੇ ਜਿਹਨੂੰ ਆਮ ਕਰਕੇ ਬਸ ਪਿੰਡਾਂ ਚ ਦੇਖਦੇ ਆਂ ਕਿ ਥਾਂ ਥਾਂ ਤੇ ਜੜੀਆਂ ਹੈਗੀਆਂ ਉਹ ਸਮਾਧਾ ਮਣੀਆਂ ਹੋਈਆਂ ਕੋਈ ਕੁਛ ਬੁਣੇ ਕੋਈ ਕੁਛ ਬੁਣਿਆ ਹਾਂਜੀ ਇਸ ਤਰ੍ਹਾਂ ਜਿਹੜਾ ਸੰਸਾਰ ਹੈਗਾ ਕੋਈ ਕਿਸੇ ਨੂੰ ਮੱਥਾ ਟੇਕ ਰਿਹਾ ਕੋਈ ਕਿਸੇ ਨੂੰ ਮੈਂ ਕਿਹਾ ਇਹ ਵੀ ਜਿਹੜੀ ਪਹਾੜੀ ਲੋਕੀ ਹੈ ਹੋ ਸਕਦਾ ਵੀ ਇਹਨਾਂ ਦੀ ਬਿਸਤਰਾ ਜਗਾ ਹੋਗੀ ਕਹਿੰਦੇ ਵੀ ਮੈਂ ਉਸ ਥੜੇ ਕੋਲ ਦੀ ਚੁੱਪ ਕਰਕੇ ਖਚਰਾ ਲੈ ਕੇ ਲੰਘਿਆ ਜਦ ਦੋ ਤਿੰਨ ਵਾਰੀ ਜਿਹੜੀ ਸੀ ਇਸ ਤਰ੍ਹਾਂ ਮੈਂ ਡਿਊਟੀ ਕਰਦਾ ਰਿਹਾ ਤੇ ਮੈਂ ਜਦੋਂ ਉਸ ਥੜੇ ਦੇ ਕੋਲੋਂ ਦੀ ਲੰਘਣਾ ਮੈਂ ਤੱਕਣ ਲੋਕੀ ਆਉਂਦੇ ਆ ਠੀਕ ਆ ਮੱਥਾ ਟੇਕਦੇ ਆਪਣੇ ਬੇਨਤੀ ਕਰਦੇ ਚਲੇ ਜਾਂਦੇ ਆ ਪਰ ਮੈਂ ਸਾਂਤ ਕੇਂਦਰ ਸੀ ਮੈਂ ਬਹੁਤਾ ਧਿਆਨ ਨਹੀਂ ਸੀ ਦਿੱਤਾ ਐਸੇ ਗੱਲ ਤੇ। ਪਰ ਇੱਕ ਦਿਨ ਕੀ ਹੋਇਆ ਜਦੋਂ ਮੈਂ ਉੱਥੋਂ ਦੀ ਥੜੇ ਕੋਲੋਂ ਦੀ ਲੰਗਿਆ ਸੀਗਾ ਤੇ ਇੱਕ ਕੋਈ 90-95 ਸਾਲ ਦਾ ਬਜ਼ੁਰਗ ਉਹਨੇ ਉਸ ਥੜੇ ਦੇ ਅੱਗੇ ਡੰਡੋਤ ਹੋ ਕੇ ਜਿਹੜੀ ਸੀ ਉਹ ਨਮਸਕਾਰ ਕੀਤੀ ਸੀ। ਤੇ ਉਹਦਾ ਨਮਸਕਾਰ ਦਾ ਤਰੀਕਾ ਦੇਖ ਕੇ ਮਹਾਪੁਰਖ ਨੇ ਦੱਸਿਆ ਸੀ ਸਾਡੇ ਪੈਰ ਰੁਕ ਗਏ ਸੀ। ਪਰ ਜਦੋਂ ਉਹ ਜਿਹੜਾ ਬਜ਼ੁਰਗ ਸੀਗਾ ਉਹ ਮੱਥਾ ਟੇਕ ਕੇ ਹਟਿਆ ਡੰਡੋਤ ਬੰਦਨਾ ਕਰਕੇ ਹਟਿਆ ਥੋੜਾ ਸਾਵਧਾਨ ਹੋਇਆ ਤੇ ਕਹਿੰਦੀ ਅਸੀਂ ਉਹਦੇ ਕੋਲ ਚਲੇ ਗਏ। ਤੇ ਜਾ ਕੇ ਅਸੀਂ ਉਸ ਨੂੰ ਸੁਧਾਰਨੀ ਪੁੱਛਿਆ ਵੀ ਇਸ ਜਗ੍ਹਾ ਨੇ ਤੁਸੀਂ ਮੱਥਾ ਟੇਕਦੇ ਹਾਂ ਮੈਂ ਕਿੰਨੇ ਦਿਨਾਂ ਤੋਂ ਦੇਖਦਾ ਵੀ ਇਹ ਕਿਹਦੀ ਜਗ੍ਹਾ ਹੈਗੀ ਹੈ ਜਿਹਨੂੰ ਤੁਹਾਡਾ ਸਾਰਾ ਪਿੰਡ ਜਿਹੜਾ ਹੈਗਾ ਉਹ ਪੂਜਦਾ ਹੈਗਾ ਜਦ ਇੰਨੀ ਗੱਲ ਹੋਈ ਸੀ ਤਾਂ ਫਿਰ ਉਸ ਬਜ਼ੁਰਗ ਆਦਮੀ ਨੇ ਜਿਹੜਾ ਸੀਗਾ ਇਹ ਗੱਲ ਦਾ ਖਲਾਸਾ ਕੀਤਾ ਸੀ ਸੰਤ ਕਹਿੰਦੇ ਸੀ ਉਹ ਕਹਿਣ ਲੱਗੇ ਵੀ ਇਹ ਜਿਹੜਾ ਥੜਾ ਹਨ ਇਹ ਬਹੁਤ ਪ੍ਰਾਤਨ ਥੜਾ ਹੈ ਤੇ ਇਸ ਥੜੇ ਦੇ ਉੱਤੇ ਨਾਨਕ ਤਪਾ ਆਇਆ ਸੀ ਉਹਨੇ ਆਪਣੀ ਬੋਲੀ ਚ ਦੱਸਿਆ ਸੀਗਾ ਇਹ ਇੱਕ ਨਾਨਕ ਤਪਾਇਆ ਸੀ ਉਸ ਨਾਨਕ ਤਪੇ ਨੇ ਇਸ ਥੜੇ ਉੱਤੇ ਬੈਠ ਕੇ ਸਾਡੇ ਪਿੰਡ ਨੂੰ ਉਪਦੇਸ਼ ਦਿੱਤਾ ਸੀ ਸਾਡੇ ਸਾਰੇ ਜਿਹੜਾ ਪੁਰਾਣੇ ਬਜ਼ੁਰਗ ਸੀ ਉਹਨਾਂ ਨੂੰ ਉਪਦੇਸ਼ ਦਿੱਤਾ ਸੀ ਤੇ ਇਹ ਥੜੇ ਦੀ ਸੰਭਾਲ ਜਿਹੜੀ ਹਨ ਸਾਡੀ ਪੀੜੀ ਦਾ ਪੀੜੀ ਪੁਰਾਣੇ ਬਜ਼ੁਰਗ ਕਰਦੇ ਆਏ ਆ ਤੇ ਅਸੀਂ ਇਸ ਥੜੇ ਨੂੰ ਮੰਨਦੇ ਆ ਇਹਦੀ ਪੂਜਾ ਆ ਜਿਹੜੀ ਹੈਗੀ ਉਹ ਕਰਦੇ ਹੈਗੀਆਂ ਤੇ ਇੱਥੋਂ ਜੋ ਵੀ ਅਸੀਂ ਮੁਰਾਦ ਮੰਗਦੇ ਆ ਨਾ ਉਹ ਸਾਡੀ ਪੂਰੀ ਹੋ ਜਾਂਦੀ ਹੈ ਸਾਂਤ ਕਹਿਣ ਲੱਗੇ ਜਦੋਂ ਉਸ ਬਜ਼ੁਰਗ ਨੇ ਮੈਨੂੰ ਇਹ ਗੱਲ ਦੱਸੀ ਸੀ ਤਾਂ ਮੇਰੇ ਰੋਂਗ ਟੇ ਖੜੇ ਹੋ ਗਏ ਸੀ ਤੇ ਮੈਂ ਹੈਰਾਨ ਹੋਇਆ ਕਿ ਵੀ ਇਸ ਥੜੇ ਦੇ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਬੈਠੇ ਆ ਤੇ ਉਹਨਾਂ ਨੇ ਇਸ ਪਿੰਡ ਨੂੰ ਉਪਦੇਸ਼ ਦਿੱਤਾ ਤੇ ਪਰ ਮੈਂ ਸਿੱਖ ਹੋ ਕੇ ਇਸ ਥੜੇ ਨੂੰ ਕਦੀ ਨਮਸਕਾਰ ਨਹੀਂ ਕੀਤੀ ਕਿਉਂਕਿ ਭਾਈ ਗੁਰਦਾਸ ਜੀ ਨੇ ਆਖਿਆ ਕਿ ਜਿੱਥੇ ਬਾਬਾ ਪੈਰ ਤਰੇ ਪੂਜਾ ਅਸਣ ਤਾਂ ਪੁਣ ਸੋਇਆ ਤੇ ਮਹਾਂਪੁਰ ਕਹਿੰਦੇ ਸੀ ਮੈਂ ਬੜਾ ਮਨ ਵਿੱਚ ਸ਼ਰਮਿੰਦਾ ਤੇ ਸ਼ਰਮਸਾਰ ਹੋਇਆ ਸੀਗਾ ਪਰ ਉਸੇ ਟਾਈਮ ਮੈਂ ਕਿੰਨੇ ਜਿਆ ਥੜੇ ਵੱਲ ਨਿਗਾਹ ਮਾਰੀ ਤਮੱਕੀ ਦੇਖਿਆ ਸੀਗਾ ਥਾਰਾ ਜਿਹੜਾ ਥੜਾ ਸੀ ਕਾ ਹਫੂਸ ਦੇ ਨਾਲ ਭਰਿਆ ਪਿਆ ਸੀ ਤੇ ਆਲਦਵਾਲ ਜਿਹੜੇ ਦਰਖਤ ਸੀਗੇ ਦਰਖਤਾਂ ਦੇ ਪੱਤਿਆਂ ਦੇ ਜਿਹੜੇ ਆਲਦਵਾਲ ਢੇਰ ਲੱਗੇ ਹੋਏ ਸੀ ਤੇ ਉੱਥੇ ਕੋਈ ਸਾਫ ਸਫਾਈ ਨਹੀਂ ਸੀਗੀ ਉਸ ਥੜੇ ਦੀ ਕਿੰਨੇ ਫਿਰ ਮੈਂ ਮਨ ਦੇ ਵਿੱਚ ਜਿਹੜੀ ਸੀ ਪਹਿਲਾਂ ਤਾਂ ਆਪਣੀ ਭੁੱਲ ਬਖਸ਼ਾਈ ਕਿ ਭੁੱਲ ਜਿਹੜੀ ਆ ਮੇਰੇ ਅਣਜਾਣਪੁਣੇ ਤੇ ਹੋਈ ਆ ਤੇ ਮੈਂ ਮਨ ਵਿੱਚ ਇਹ ਧਾਰ ਲਿਆ ਹੈਗਾ ਕਿ ਅੱਜ ਰਾਤ ਨੂੰ ਆ ਕੇ ਇਸ ਥੜੇ ਦੀ ਪਹਿਲਾਂ ਮੈਂ ਸਫਾਈ ਕਰਨੀ ਆ ਜਦੋਂ ਮੇਰਾ ਫ੍ਰੀ ਟਾਈਮ ਫੌਜ ਵਿੱਚੋਂ ਹੋਇਆ ਉਤੋਂ ਬਾਅਦ ਫਿਰ ਇਸ ਥੜੇ ਦਾ ਇਸ਼ਨਾਨ ਕਰਉਣਾ ਹੈਗਾ ਤੇ ਮਹਾਂਪੁਰਣ ਦੱਸਦੇ ਸੀ ਜਦੋਂ ਰਾਤ ਨੂੰ ਜਿਹੜੇ ਸੀਗੇ ਸਾਰੇ ਜਵਾਨ ਡਿਊਟੀ ਤੋਂ ਬਾਅਦ ਆਰਾਮ ਕਰਦੇ ਸੀਗੇ ਮੈਂ ਉਸ ਜਗ੍ਹਾ ਪਹੁੰਚ ਜਾਂਦਾ ਸੀਗਾ ਉਸ ਪਹਾੜੀ ਦੇ ਉੱਤੇ ਤੇ ਉਹ ਥੜੇ ਨੂੰ ਜਣੀ ਸਾਫ਼ ਕਰਦਾ ਹੁੰਦਾ ਸੀ ਜਾਂ ਥੜੇ ਦੀ ਸਾਫ਼ ਸਫਾਈ ਕਰਨੀ ਆ ਸਾਫ਼ ਸਫਾਈ ਕਰਕੇ ਜਿੰਨਾ ਵੀ ਕੋਈ ਉਹਦੇ ਉੱਤੇ ਜੋ ਜਮਿਆਂ ਸਗਾ ਸਾਰਾ ਪੱਟ ਪੱਟ ਕੇ ਪਧਰਾ ਕੀਤਾ ਉਸ ਥੜੇ ਦੀ ਸਾਫ ਸਫਾਈ ਕੀਤੀ। ਬਾਕੀ ਉਸੇ ਹੀ ਚਸ਼ਮੇ ਤੋਂ ਪਾਣੀ ਲਿਆ ਕੇ ਹਨਾ ਉਸ ਥੜੇ ਦਾ ਇਸ਼ਨਾਨ ਕੀਤਾ। ਜਦ ਸਾਫ ਸਫਾਈ ਹੋ ਗਈ ਇਸ਼ਨਾਨ ਹੋ ਗਿਆ ਥੜੇ ਦਾ। ਤੇ ਮਾਪੁਰ ਕਹਿੰਦੇ ਸੀਗੇ ਕਿ ਮੈਂ ਹਨਾ ਉਸ ਥੜੇ ਦੇ ਅੱਗੇ ਬੈਠ ਕੇ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦਾ ਧਿਆਨ ਤਾਰ ਕੇ ਬੈਠ ਜਾਣਾ ਕੁਝ ਟਾਈਮ। ਜਦ ਧਿਆਨ ਤਾਰ ਕੇ ਬੈਠ ਜਾਣਾ ਤੇ ਇਸੇ ਹੀ ਨੰਦ ਦੇ ਵਿੱਚ ਅਸੀਂ ਮਗਨ ਹੋ ਜਾਣਾ। ਪਰ ਇਸ ਤਰ੍ਹਾਂ ਕਰਦੇ ਮਹਾਂਪੁਰਖ ਦੱਸਿਆ ਸੀ ਕਿ 2 ਦਿਨ ਹੋਈ ਸੀ ਜਾਂ ਤੀਸਰਾ ਦਿਨ ਅਸੀਂ ਥੜੇ ਦਾ ਇਸ਼ਨਾਨ ਕਰਾ ਕੇ ਫ੍ਰੀ ਟਾਈਮ ਜਦ ਮੋਰੇ ਅੱਗੇ ਬੈਠੇ ਸੀਗੇ ਉਸ ਟਾਈਮ ਉਸ ਥੜੇ ਦੇ ਉੱਤੇ ਬੜਾ ਭਾਰੀ ਪ੍ਰਕਾਸ਼ ਹੋਇਆ ਸੀ ਤੇ ਉਸ ਦੇ ਪ੍ਰਕਾਸ਼ ਦੇ ਵਿੱਚੋਂ ਧੰਗੁਰ ਨਾਨਕ ਸਾਹਿਬ ਮਾਰੇ ਦੇ ਸਾਨੂੰ ਪ੍ਰਤੱਖ ਦਰਸ਼ਨ ਹੋਏ ਸੀ ਇਕੱਲੇ ਦਰਸ਼ਨ ਨਹੀਂ ਹੋਏ ਤੇ ਉਹਦੇ ਵਿੱਚ ਕਹਿੰਦੇ ਵੀ ਅਸੀਂ ਹੈਰਾਨ ਹੋਏ ਹਾਂ ਕਿ ਸਾਡੇ ਮਨ ਦਾ ਕੋਈ ਸੰਕਲਪ ਨਹੀਂ ਕਦੀ ਸੋਚਿਆ ਨਹੀਂਗਾ ਕਿ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਮੇਰੇ ਜੀਵਨ ਦੇ ਵਿੱਚ ਅਚਨ-ਚੇਤਾਨਣਗੇ ਤੇ ਮੈਨੂੰ ਇਸ ਤਰੀਕੇ ਨਾਲ ਦਰਸ਼ਨ ਦੇ ਦੇਣਗੇ ਪਰ ਦੇਖੋ ਇਹ ਗੁਰੂ ਦੀ ਦਿਆਲਤਾ ਗੁਰੂ ਜਦ ਤੋ ਟੁੱਟਦਾ ਹਨ ਫਿਰ ਉਹ ਅੱਗਾ ਪਛਾਨ ਨਹੀਂ ਦੇਖਦਾ ਫਿਰ ਪਰ ਤੱਕ ਦਰਸ਼ਨ ਹੋ ਜਾਂਦੇ ਆ ਜਿਵੇਂ ਨਾਮਦੇਵ ਜੀ ਦੇ ਟਾਈਮ ਹੋਇਆ ਧੰਨੇ ਭਗਤ ਦੇ ਟਾਈਮ ਹੋਇਆ ਇਸ ਤਰ੍ਹਾਂ ਉਹ ਕਾਲ ਪ੍ਰਖੇੜ ਹਨ ਪਰ ਤੱਕ ਦਰਸ਼ਨ ਦਿੰਦਾ ਸੈਕਿੰਡੇ ਜਦੋਂ ਮੈਨੂੰ ਗੁਰਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਹੋਏ ਸੀਗੇ ਤੇ ਬਾਬੇ ਨਾਨਕ ਨੇ ਉਸ ਟਾਈਮ ਫੇ ਕਿਹਾ ਸੀ ਮੈਨੂੰ ਇਹ ਕਿਹਾ ਸੀਗਾ ਇਹ ਗੱਲ ਆਖੀ ਸੀ ਕਿ ਭਾਈ ਤੇਰੀ ਚੀਜ਼ ਮਸਤ ਹੋਣੀ ਦੇਖੋ ਲਫ਼ਜ਼ ਭਾਈ ਬੋਲਿਆ ਸੀਗਾ ਬਾਬੇ ਨਾਨਕ ਨੇ ਜਿੰਨੇ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਕਹਿੰਦੇ ਬਸ ਇੰਨੀ ਗੱਲ ਹੀ ਆਖੀ ਸੀ ਤਾਂ ਉਹ ਜਿਹੜਾ ਸਾਰਾ ਦ੍ਰਿਸ਼ ਸੀਗਾ ਹਰਨ ਦਰਸ਼ਨਾਂ ਦਾ ਬਸ ਉਹ ਫਿਰ ਅਲੋਪ ਹੋ ਗਿਆ ਸੀ ਤੇ ਮਹਾਪੁਰਖ ਦੱਸਦੇ ਸੀਗੇ ਜਿਉਂ ਦੇ ਘਟਨਾ ਮੇਰਨਾ ਉਸ ਗੁੰਡ ਪਹਾੜ ਬੰਗਾਲ ਦੇ ਵਿੱਚ ਹੋਈ ਸੀ ਹੈਨਾ ਤੇ ਮੇਰੀ ਸਾਰੀ ਜਿਹੜੀ ਸੁੱਧ ਬੁੱਧ ਸੀ ਭੁੱਲ ਗਈ ਸੀ ਜਿੰਨੂੰ ਗਰਵਾਣੀ ਨੇ ਆਖਿਆ ਕਿ ਦਰਸ਼ਨ ਦੇਖ ਤੇ ਹੀ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੇਨ ਮਤ ਹੈ ਤੇ ਕਹਿੰਦੇ ਸੀ ਸਾਨੂੰ ਨੌਕਰੀ ਭੁੱਲ ਗਈ ਫੌਜ ਭੁੱਲ ਗਈ ਪਤਾ ਨਹੀਂ ਲਗਾ ਮੇਰੀ ਡਿਊਟੀ ਇੱਥੇ ਲੱਗੀ ਆ ਉਸੇ ਟਾਈਮ ਕਹਿੰਦੇ ਅਸੀਂ ਛਾਲੀ ਪੰਜਾਬ ਨੂੰ ਪੈ ਗਏ ਸੀਗੇ ਤੇ ਜਿਉਂ ਭਜੇ ਜਿਉਂ ਭਜੇ ਤੇ ਕਈਆਂ ਦਿਨਾਂ ਦਾ ਪਿੰਡ ਤਾਇਆ ਕਰਦੇ ਕਹਿੰਦੇ ਅਸੀਂ ਮਸਤੂਆਣੀ ਸਭ ਪਹੁੰਚ ਗਏ ਸੀ ਸੋ ਕਹਿਣ ਤੋਂ ਭਾਵੇਂ ਹੈਗਾ ਕਿ ਉਹ ਸੇਵਾ ਜਿਹਦੇ ਉੱਤੇ ਵਾਹਿਗੁਰੂ ਟੁੱਟ ਕੇ ਹਨਾ ਪ੍ਰਦੱਖਤ ਤੌਰ ਤੇ ਦਰਸ਼ਨ ਦਿੰਦਾ ਜਿਸ ਦੀ ਕਦੀ ਕਲਪਨਾ ਕਦੀ ਸੰਕਲਪ ਜਿਹੜਾ ਹਨਾ ਮਨ ਦੇ ਵਿੱਚ ਪੈਦਾ ਹੀ ਨਹੀਂ ਹੋਇਆ ਪਰ ਸੇਵਾ ਜਿਹੜੀ ਹੈ ਨਾ ਉਹ ਨਿਸ਼ਕਾਮ ਹੈ ਇਸੇ ਕਰਕੇ ਜਿਹੜੀ ਨਿਸ਼ਕਾਮ ਸੇਵਾ ਬੜੇ ਉਦਮ ਉਤਸ਼ਾਹ ਦੇ ਨਾਲ ਕੀਤੀ ਜਾਂਦੀ ਹੈ ਨਾ ਉਸ ਸੇਵਾ ਦੇ ਵਿੱਚ ਵਾਹਿਗੁਰੂ ਜਿਹੜੇ ਹਨ ਟੁੱਟ ਕੇ ਸਿੱਧੇ ਪ੍ਰਤੱਖ ਦਰਸ਼ਨੀ ਦੇ ਦਿੰਦੇ ਆ ਇਹਨੂੰ ਕਹਿ ਦਿੰਦੇ ਆ ਧੰਨ ਗੁਰੂ ਨਾਨਕ ਇਹ ਕਮਾਲ ਦੀ ਖੇਡ ਹੈਗੀ ਆ ਇਸੇ ਤਰ੍ਹਾਂ ਜਣੀ ਇੱਕ ਅਯੋਕੀ ਜਿਹੜੀ ਹੈਗੀ ਆ ਇਸੇ ਤਰ੍ਹਾਂ ਦਰਸ਼ਨਾ ਦੀ ਖੇਡ ਜਿਹੜੀ ਹੈ ਉਹ ਮਹਾਂਪੁਰਖ ਦੱਸਦੇ ਸੀ ਕਿ ਇੱਕ ਵਾਰ ਸਾਨੂੰ ਇੱਕ ਕੈਨੇਡਾ ਦੇ ਵਿੱਚ ਇੱਕ ਜਿਹੜੀ ਸੀ ਉਹ ਸਿੱਖ ਪਰਿਵਾਰ ਦੀ ਬੀਬੀ ਮਿਲੀ ਸੀ ਉਹਨਾਂ ਨੇ ਕਹਿੰਦੇ ਸਾਡੇ ਨਾਲ ਘਟਨਾ ਸਾਂਝੀ ਕੀਤੀ ਸੀਗੀ ਕਿ ਅਸੀਂ ਹਨਾ ਇੱਕ ਵਾਰ ਪਾਕਿਸਤਾਨ ਗਏ ਸੀ ਜਦ ਪਾਕਿਸਤਾਨ ਅਸੀਂ ਗੁਰਦ ਆਮਾਂ ਦੇ ਦਰਸ਼ਨਾਂ ਤੇ ਗਏ ਸੀਗੇ ਤੇ ਉੱਥੇ ਸਾਡੇ ਮਨ ਦੇ ਵਿੱਚ ਇਹ ਫੁਰਨਾ ਬਣਿਆ ਕਿ ਅਸੀਂ ਉਹ ਸਥਾਨ ਦੇਖਣਾ ਹੈਗਾ ਜਿਹੜਾ ਵਾ ਖਰੀ ਸਿੰਘ ਨਲੂਆ ਜਰਨੈਲ ਜਿਹੜਾ ਹੋਇਆ ਹਨਾ ਉਸ ਅਸਥਾਨ ਦੇ ਅਸੀਂ ਦਰਸ਼ਨ ਕਰਨੇ ਆਂ ਕਹਿੰਦੇ ਜਦੋਂ ਅਸੀਂ ਉਸ ਅਸਥਾਨ ਦੇ ਉੱਤੇ ਪਹੁੰਚੇ ਸੀ ਦਰਸ਼ਨਾਂ ਕਰਨ ਵਾਸਤੇ ਪਰ ਉੱਥੇ ਜਿਹੜਾ ਕੋ ਪਹਿਰੇਦਾਰ ਲੱਗਾ ਸੀਗਾ ਹਨਾ ਤੇ ਕਹਿੰਦੇ ਉਹਨੇ ਆਖਿਆ ਸੀਗਾ ਕਿ ਇੱਥੇ ਅੰਦਰ ਜਾਣ ਦੀ ਕਿਸੇ ਨੂੰ ਕੋਈ ਆਜ਼ਾਦਤ ਨਹੀਂ ਆ ਜਦੋਂ ਕਿ ਉਹ ਸਹਾਰੇਦਾਰ ਨੇ ਬਿਲਕੁਲ ਅੰਦਰ ਜਾਣ ਦੀ ਇਜਾਜ਼ਤ ਨੂੰ ਨਾ ਕਰ ਦਿੱਤੀ ਤੇ ਫਿਰ ਬੀਬੀ ਕਹਿਣ ਲੱਗੀ ਕਿ ਅਸੀਂ ਜਾਣੀ ਕਿ ਉਸ ਸਹਾਰੇਦਾਰ ਨੂੰ ਇੰਨੀ ਗੱਲ ਆਖੀ ਕਿ ਅਸੀਂ ਬਹੁਤ ਦੂਰੋਂ ਆਏ ਆ ਮਨ 'ਚ ਬੜੀ ਤੰਗ ਹੈਗੀ ਆ ਕਿ ਸਰਦਾਰ ਹਰੀ ਸਿੰਘ ਨਲੂਏ ਦੇ ਅਸਾਨ ਦੇ ਦਰਸ਼ਨ ਕਰਨੇ ਆ ਤੇ ਫਿਰ ਕਹਿੰਦੇ ਵੀ ਜਦੋਂ ਮੈਂ ਬਹੁਤ ਪ੍ਰੇਮ ਨਾਲ ਉਸ ਸਹਾਰੇਦਾਰ ਨਾਲ ਗੱਲਾਂ ਕੀਤੀਆਂ ਗੱਲਾਂ ਕਰਦਿਆਂ ਕਰਦਿਆਂ ਕਹਿੰਦੇ ਅਸੀਂ ਉਹਨੂੰ ਕੁਝ ਜਣੀ ਕਿ ਕੈਨੇਡਾ ਦੇ ਡਾਲਰ ਵੀ ਦਿੱਤੇ ਬਸ ਤੁਮ ਜਿਵੇਂ ਕਿਵੇਂ ਵੀ ਹੋ ਸਕਦਾ ਹਨ ਸਾਨੂੰ ਪਾ ਮੰਦਰ ਥੋੜੇ ਟਾਈਮ ਵਾਸਤੇ ਦਰਸ਼ਨ ਕਰਾ ਦੇ ਤੇ ਪਰ ਸਾਡਾ ਜਿਹੜੇ ਮਨ ਨੂੰ ਸ਼ਾਂਤੀ ਮਿਲ ਜਾਊ ਕਿਉਂ ਜ਼ਿੰਦਗੀ ਦਾ ਕੀ ਭਰੋਸਾ ਕਿ ਹੋਣ ਜਿਹੜਾ ਹੈਗਾ ਇੱਕ ਵਾਰੇ ਇੱਧਰ ਆਏ ਜਾਂ ਦਰਸ਼ਨਾ ਕਰਨ ਵਾਸਤੇ ਪਾਕਿਸਤਾਨ ਗੁਰਦ ਆਮਾ ਦੇ ਵਿੱਚ ਬਾਅਦ ਜਿੰਦਗੀ ਚ ਮੌਕਾ ਮਿਲੇ ਜਾਂ ਨਾਮ ਮਿਲੇ ਇਹ ਤਾਂ ਪਰਮੇਸ਼ਰ ਹੀ ਜਾਣਦਾ ਹੈਗਾ ਕਹਿੰਦੇ ਦੇਖੋ ਉਸ ਪਹਿਰੇਦਾਰ ਨੂੰ ਸਾਡੇ ਤੇ ਤਰਸ ਆ ਗਿਆ ਇਹਨਾਂ ਗੱਲਾਂ ਦੇ ਉੱਤੇ ਜਦੋਂ ਕਹਿੰਦੇ ਉਹਦੇ ਅੰਦਰ ਤਰਸ ਆਇਆ ਹਨ ਫੇ ਇਹ ਕਹਿੰਦੇ ਉਹਨੇ ਸਾਨੂੰ ਇਹ ਗੱਲ ਆਖੀ ਸੀ ਕਿ ਮੇਰੀ ਜਿਹੜੀ ਡਿਊਟੀ ਆ ਹਨਾ ਉਹ 8:00 ਵਜੇ ਤੱਕ ਹੈਗੀ ਆ ਜਦ ਤੱਕ ਮੇਰੀ ਡਿਊਟੀ ਆ ਤੁਸੀਂ ਅੰਦਰ ਚਲੇ ਜਾਓ ਪਰ ਮੇਰੀ ਡਿਊਟੀ 8:00 ਵਜੇ ਖਤਮ ਹੋ ਜਾਣੀ ਉਸ ਤੋਂ ਪਹਿਲਾਂ ਪਹਿਲਾਂ ਅੰਦਰੋਂ ਦਰਸ਼ਨ ਕਰਕੇ ਨਾ ਇੱਥੇ ਪਹੁੰਚ ਜਾਓ ਕਿਉਂ ਉਸ ਤੋਂ ਬਾਅਦ ਪੇ ਜਿਹੜਾ ਦੂਸਰਾ ਡਿਊਟੀ ਦੇ ਉੱਤੇ ਆ ਜਾਏਗਾ ਅਗਰ ਤੁਸੀਂ ਬਾਅਦ ਵਿੱਚ ਲੇਟ ਆਏ ਹਨਾ ਤੇ ਫੇਰ ਜਿਹੜਾ ਹੈਗਾ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਨਾ ਲਫੜਾ ਹੈਗਾ ਉਹ ਸ਼ੁਰੂ ਹੋ ਜਾਊਗਾ ਤੇ ਤੁਸੀਂ ਫਿਰ ਮੈਨੂੰ ਵੀ ਜਾਨੀ ਕਿ ਮੇਰੀ ਨੌਕਰੀ ਦੇ ਵਿੱਚ ਇਸ ਸੰਕਟ ਦੇ ਵਿੱਚ ਪਸਾ ਸਕਦੇ ਆ ਕਹਿੰਦੇ ਫੇ ਅਸੀਂ ਉਹ ਬੀਬੀ ਆਖਦੀ ਸੀ ਕਿ ਉਸ ਪਰੇਦਰ ਨੂੰ ਕਹਿ ਦਿੱਤਾ ਕਿ ਤੂੰ ਕੋਈ ਫਿਕਰ ਨਾ ਕਰ ਤੇਰੀ ਡਿਊਟੀ ਦੇ ਹੁੰਦੇ ਹੁੰਦੇ ਕਿੰਨੇ ਵੀ ਆਸੀ ਹਨ ਤੇਰੇ ਕੋਲ ਪਹੁੰਚ ਜਾਵਾਂਗੇ ਫਿਰ ਉਹ ਸਿੱਖ ਬੀਬੀ ਕਹਿੰਦੀ ਸੀ ਕਿ ਮੈਂ ਆਪਣੇ ਪਰ ਜਦ ਅੰਦਰ ਗਈਆਂ ਅੰਦਰ ਜਾ ਕੇ ਜਦੋਂ ਮੈਂ ਹਰੀ ਸਿੰਘ ਨਲੂਆ ਦਾ ਅਸਥਾਨ ਦੇਖਿਆ ਤੇ ਆਸਾਨ ਦੇਖਿਆ ਮਨ ਵਿੱਚ ਇਨੀ ਚੀਜ਼ ਦਰਦ ਉੱਠੀ ਸੀ ਕਿ ਮੈਂ ਦੇਖਿਆ ਥਾਂ ਥਾਂ ਤੇ ਜਿਹੜੇ ਸੀ ਉਹ ਜਾਲੇ ਲੱਗੇ ਹੋਏ ਸੀਗੇ ਤੇ ਉਹਨਾਂ ਜਾਲਿਆਂ ਦੇ ਵਿੱਚ ਥਾਂ ਥਾਂ ਦੇ ਉੱਤੇ ਜਿਹੜੀ ਹਨਾ ਜਿਹੜੀ ਸਫਾਈ ਦਾ ਕਰਤੀ ਵੀ ਪ੍ਰਬੰਧ ਨਹੀਂ ਸੀ ਇਸ ਤਰ੍ਹਾਂ ਲੱਗਦਾ ਸੀਗਾ ਕਿ ਬਹੁਤ ਟਾਈਮ ਤੋਂ ਇਹ ਜਿਹੜਾ ਜਗ੍ਹਾ ਹੈਗਾ ਇਹ ਬਿਲਕੁਲ ਬੰਦ ਪਈ ਆ ਇੱਥੇ ਕੋਈ ਜਿਹੜਾ ਬੰਦਾ ਅੰਦਰ ਨਹੀਂ ਆਇਆ ਤੇ ਸੇਵਾ ਸੰਭਾਲਣ ਦੀ ਕੀ ਕਰਤੀ ਸੀ ਫੇਰ ਉਸ ਬੀਬੀ ਨੇ ਦੱਸਿਆ ਸਗਾ ਕਿ ਮੇਰੇ ਮਨ ਚ ਆਈ ਕਿ ਹੁਣ ਤਾਂ ਮੈਂ ਆਈ ਹਾਂ ਕਿਉਂ ਨਾ ਹੋਵੇ ਇਸ ਅਸਥਾਨ ਦੀ ਜਿਹੜੀ ਸੇਵਾ ਕੀਤੀ ਜਾਵੇ ਪਰ ਸਾਨੂੰ ਪਤਾ ਸਗਾ ਕਿ ਜਿਹੜਾ ਪਹਿਰੇਦਾਰ ਵਾ ਉਹਦੇ ਨਾਲ ਸੀ ਇਕਰਾਰ ਕੀਤਾ ਉਹਦੀ ਡਿਊਟੀ ਦੇ ਹੁੰਦੇ ਹੁੰਦੇ ਜਿਹੜਾ ਹੈ ਅਸੀਂ ਇਸ ਜਗ੍ਹਾ ਤੋਂ ਬਾਹਰ ਵੀ ਨਿਕਲਣਾ ਹੈਗਾ ਕਹਿੰਦੇ ਅਸੀਂ ਦਵਾ ਦਾ ਨੱਠ ਭੱਜ ਕੇ ਜਿਹੜਾ ਸਗਾ ਉਥੋਂ ਪਾਣੀ ਦੀਆਂ ਬਾਲਟੀਆਂ ਜਿੱਥੋਂ ਸਾਨੂੰ ਲਭੀਆਂ ਅਸੀਂ ਉਹ ਪਾਣੀ ਦੀਆਂ ਬਾਲਟੀਆਂ ਭਰੀਆਂ ਫਟਾਫਟ ਉਹ ਜਿੰਨਾ ਜਾਲਾ ਸਗਾ ਅੰਦਰ ਜੋ ਵੀ ਕੁਝ ਸਗਾ ਸਾਰਾ ਅਸਥਾਨ ਦਾ ਸਾਫ਼ ਕੀਤਾ ਤੇ ਸਾਰਾ ਅਸਥਾਨ ਜਿਹੜਾ ਸਗਾ ਹਨਾ ਕਹਿੰਦੇ ਫਿਰ ਅਸੀਂ ਉਹ ਜਲ ਦੇ ਨਾਲ ਫਿਰ ਜਿਹੜੀ ਸੀਗੀ ਉਹਦੀ ਸਫਾਈ ਕੀਤੀ ਸਾਰਾ ਜਿਹੜਾ ਅਸਥਾਨ ਸਗਾ ਉਹ ਜਲ ਦੇ ਨਾਲ ਧੋਤਾ ਜਦੋਂ ਕਿੰਦੀ ਉਹਦੀ ਚੰਗੀ ਤਰ੍ਹਾਂ ਸਫਾਈ ਹੋ ਗਈ ਜਾਲੇ ਜੂਲੇ ਹੋ ਗਏ ਤੇ ਸਾਨੂੰ ਵੀ ਕਹਿੰਦੇ ਕਾਫੀ ਇਸ ਤਰ੍ਹਾਂ ਸੇਵਾ ਕਰਦੇ ਆ ਹਨ ਕਿਉਂਕਿ ਸੇਵਾ ਜਿਹੜੀ ਸੀ ਉਹ ਕਾਢੀ ਜੇ ਕਰਨੀ ਸੀ ਟਾਈਮ ਦੇ ਅੰਦਰ ਕਰਨੀ ਸੀ ਤੇ ਸਾਨੂੰ ਲੱਗਾ ਕਿ ਅਸੀਂ ਪਿੱਛੇ ਵੀ ਜਿਹੜਾ ਹਨ ਉਹ ਪਹੁੰਚਣਾ ਹੈਗਾ ਤਾਂ ਜੋ ਜਿਹੜਾ ਪਹਿਰੇਦਾਰਾ ਕਿਤੇ ਦੀ ਡਿਊਟੀ ਜਿਹੜੀ ਆ ਉਸ ਦੇ ਟਾਈਮ ਦੇ ਵਿੱਚ ਕਿਤੇ ਬਦਲ ਨਾ ਜਾਵੇ ਅਸੀਂ ਲੇਟ ਨਾ ਹੋ ਜਾਈਏ ਤੇ ਕਿਸੇ ਹੋਰ ਨਵੀਂ ਮੁਸੀਬਤ ਦੇ ਵਿੱਚ ਨਾ ਫਸ ਜਾਈਏ ਪਰ ਕਹਿੰਦੇ ਜਦੋਂ ਅਸੀਂ ਸਾਰੇ ਸਥਾਨ ਦੀ ਸੇਵਾ ਕਰ ਦਿੱਤੀ ਬਸ ਕਹਿੰਦੇ ਫੇਰ ਕੀ ਹੈ ਸਗਾ ਤੇ ਕਹਿੰਦੇ ਅਸੀਂ ਹਜੇ ਨਾ ਸੇਵਾ ਕਰਕੇ ਉੱਥੇ ਬੈਠ ਕੇ ਜਿਸਾਈ ਲੈਣ ਲੱਗੇ ਸੀਗੇ ਥੱਲੇ ਜਦ ਕਹਿੰਦੇ ਅਸੀਂ ਬਾਲਟੀਆਂ ਰੱਖ ਕੇ ਸਾਲ ਲੈਣ ਲੱਗੇ ਤੇ ਉਸੇ ਹੀ ਜਗ੍ਹਾ ਦੇ ਉੱਤੇ ਜਿਹੜਾ ਸੀਗਾ ਇੱਕ ਪ੍ਰਕਾਸ਼ ਹੋਇਆ ਪ੍ਰਕਾਸ਼ ਦੇ ਵਿੱਚ ਕਹਿੰਦੇ ਫਿਰ ਆਪ ਪ੍ਰਤੱਖ ਜਿਹੜੀ ਸੀ ਉਹ ਹਰੀ ਸਿੰਘ ਲਾਲੂ ਨੇ ਦਰਸ਼ਨ ਦਿੱਤੇ ਅਸੀਂ ਉਹਦੇ ਵਿੱਚ ਫਿਰ ਉਹ ਕਹਾ ਸੀਗਾ ਕਿ ਬਹੁਤ ਟਾਈਮ ਹੋ ਗਿਆ ਕਿ ਇੱਥੇ ਕੋਈ ਵੀ ਜਿਹੜਾ ਹੈਗਾ ਕੋਈ ਸਿੱਖ ਪਰਿਵਾਰ ਜਿਹੜਾ ਹੈਗਾ ਉਹ ਪਹੁੰਚਿਆ ਹੈਗਾ ਜਿਨੇ ਇਸ ਅਸਥਾਨ ਦੀ ਜਿਹੜੇ ਹੈ ਨਾ ਉਹ ਸਫਾਈ ਦੀ ਸੇਵਾ ਕੀਤੀ ਆ ਕਹਿੰਦੇ ਜਦ ਇਹ ਗੱਲ ਹੋਈ ਸੀ ਤਾਂ ਅਸੀਂ ਦੇਖ ਕੇ 당ਗ ਰਹਿ ਗਏ ਸੀ ਕਿ ਬਹੁਤ ਹੀ ਉੱਚੇ ਲਮੇ ਜਵਾਨ ਜਿਹੜੇ ਸਿੰਘ ਸਕੇ ਉਸ ਪ੍ਰਕਾਸ਼ ਦੇ ਵਿੱਚ ਜਿਹੜੇ ਸੀਗੇ ਉਹ ਦਗਦਾ ਕਰਕੇ ਦਰਸ਼ਨ ਦੇ ਰਹੇ ਸੀ ਤੇ ਕਹਿੰਦੇ ਵੀ ਅਸੀਂ ਇੰਨੇ ਨਿਹਾਲ ਹੋ ਗਏ ਕਿ ਸਦਕੇ ਹੋ ਗਏ ਕਿ ਸਾਡੇ ਮਨ ਦੇ ਵਿੱਚ ਕਦੀ ਸੋਚ ਨਹੀਂ ਆਈ ਕਿ ਅਸੀਂ ਵੀ ਇਸ ਤਰ੍ਹਾਂ ਦਰਸ਼ਨ ਕਰ ਸਕਦੇ ਹਾਂ ਸੋ ਇਹ ਜਿਹੜੀ ਘਟਨਾ ਸੀ ਉਹਨਾਂ ਨੇ ਮਹਾਂਪੁਰਖਾਂ ਨਾਲ ਸਾਂਝੀ ਕੀਤੀ ਸੀ ਕਿਉਂ ਇਹ ਜੋ ਘਟਨਾ ਜਿਹੜੇ ਗੁਰਸਿੱਖ ਉਹ ਹਨ ਉਹ ਜ਼ਿਆਦਾ ਜਿਹੜੇ ਹੈਗੇ ਆ ਉਹ ਸੰਸਾਰ ਦੇ ਵਿੱਚ ਦਿਖਾਉਂਦੇ ਨਹੀਂ ਕਿਉਂਕਿ ਉਹ ਆਪਣੇ ਆਪ ਨੂੰ ਛੁਪਾ ਕੇ ਰੱਖਦੇ ਆ ਪਰ ਜਿਹੜੀ ਚੀਜ਼ ਜਿਹੜੀ ਇਹ ਵਾਪਰੀ ਹੈਗੀ ਆ ਉਸ ਨੂੰ ਸੰਸਾਰ ਦੇ ਵਿੱਚ ਜਾਗਰ ਕਰਨ ਦੇ ਨਾਲ ਸਾਨੂੰ ਇਸ ਚੀਜ਼ ਦਾ ਗਿਆਨ ਹੋ ਜਾਂਦਾ ਕਿ ਸੇਵਾ ਤੋਂ ਮੁਰਾਦ ਤਾਂ ਮਨ ਦੀ ਜਿਹੜੀ ਪੂਰੀ ਹੋ ਜਾਂਦੀ ਹੈ ਜਿਵੇਂ ਨਿਊਜ਼ੀਲੈਂਡ ਦੀ ਘਟਨਾ ਵਿੱਚ ਉਹਨਾਂ ਦੋਨਾਂ ਗੋਰਿਆਂ ਦੀ ਹੋਈ ਸੀ ਪਰ ਜਦੋਂ ਕਈ ਵਾਰੀ ਨਿਸ਼ਕਾਮ ਸੇਵਾ ਕੀਤੀ ਜਾਵੇ ਤਾਂ ਉਸ ਨਿਸ਼ਕਾਮ ਸੇਵਾ ਦੇ ਵਿੱਚ ਵਾਹਿਗੁਰੂ ਜਿਹੜਾ ਹੈ ਨਾ ਬਿਲਕੁਲ ਟੁੱਟ ਕੇ ਪ੍ਰਸੰਨ ਹੋ ਕੇ ਤੁਹਾਨੂੰ ਜਦੋਂ ਪ੍ਰਤੱਖ ਦਰਸ਼ਨ ਦਿੰਦਾ ਹੈਗਾ ਜਿਹਦੀ ਅਸੀਂ ਕਦੀ ਕਲਪਨਾ ਵੀ ਨਹੀਂ ਕੀਤੀ ਹੁੰਦੀ ਕਦੀ ਸੋਚਿਆ ਵੀ ਨਹੀਂ ਹੁੰਦਾ ਕਿ ਵਾਹਿਗੁਰੂ ਸਾਨੂੰ ਇਸ ਤਰ੍ਹਾਂ ਵੀ ਦਰਸ਼ਨ ਦੇ ਸਕਦਾ ਹੈਗਾ ਸੋ ਇਹ ਹੈ ਧੰਗ ਗੁਰੂ ਨਾਨਕ ਮਹਾਰਾਜ ਦੀ ਬਖਸ਼ਿਸ਼ ਜਿਹਨੂੰ ਸਾਨੂੰ ਮਰੇ ਨੇ ਕਿਹਾ ਕਿ ਸੇਵਾ ਕਰਤ ਹੋਵੇ ਨਹਿਕਾਮੀ ਜਿਸ ਕੋ ਹਉਤ ਪ੍ਰਾਪਤ ਸਵਾਮੀ ਉਹਨੂੰ ਵਾਹਿਗੁਰੂ ਦੇ ਦਰਸ਼ਨ ਜਿਹੜੇ ਆ ਸੁੱਤੇ ਸਿੱਧੀ ਪ੍ਰਾਪਤ ਹੋ ਜਾਂਦੇ ਸੇਵਾ ਦੇ ਵਿੱਚ ਇੰਨੀ ਬਖਸ਼ਿਸ਼ ਐ ਨਹੀਂ ਤਾਕਤ। ਦੇਖੋ ਅਸੀਂ ਜਦੋਂ ਗੁਰਬਾਣੀ ਪੜ੍ਹਦੇ ਆ ਸਾਨੂੰ ਕਲਗੀਧਰ ਮਹਾਰਾਜ ਦੀ ਗੁਰਬਾਣੀ ਦੇ ਦਰਸ਼ਨ ਕਰਦੇ ਆ ਤੇ ਮਹਾਰਾਜ ਦੀ ਬਾਣੀ ਤੋਂ ਸਾਨੂੰ ਪਤਾ ਲੱਗਦਾ ਕਿ ਵੱਡੇ ਵੱਡੇ ਜਿਹੜੇ ਯੋਗੀ ਆ ઋષਿ ਮੁਨੀ ਆ ਜਿਨ੍ਹਾਂ ਨੇ ਕਈ ਯੁੱਗ ਜਿਹੜੀ ਉਹ ਤਪੱਸਿਆ ਕੀਤੀ ਆ ਉਹ ਤਪੱਸਿਆ ਕਰਦੇ ਕਰਦੇ ਥੱਕ ਗਏ ਲੇਕਿਨ ਕਹਿੰਦੇ ਉਹਨਾਂ ਨੂੰ ਵਾਹਿਗੁਰੂ ਦੇ ਦਰਸ਼ਨ ਨਸੀਬ ਨਹੀਂ ਹੋਏ ਪਰ ਦੇਖੋ ਗੁਰੂ ਨਾਨਕ ਦੇ ਘਰ ਦੇ ਵਿੱਚ ਸੇਵਾ ਦੀ ਮਹਿਮਾ ਦੇਖ ਲਓ ਕਿ ਇੱਕ ਬਿਲਕੁਲ ਥੋੜੇ ਚਿਰ ਦੀ ਕੀਤੀ ਸੇਵਾ ਜਿਹਨੂੰ ਕਹਿੰਦੇ ਹੁੰਦੇ ਆ ਕਿ ਬਹੁਤ ਥੋੜਾ ਸਮਾਂ ਸੇਵਾ ਤੇ ਬਿਲਕੁਲ ਕਹਿੰਦੇ ਵੀ ਇੰਨੀ ਥੋੜੀ ਸੇਵਾ ਲੇਕਿਨ ਫਲ ਦੇਖ ਲਓ ਸਿੱਧੇ ਹੀ ਪ੍ਰਤੱਖ ਦਰਸ਼ਨ ਲੇਕਿਨ ਜਿਹੜੀ ਸੇਵਾ ਜਿਹੜੀ ਹੈਗੀ ਆ ਉਹ ਵਾਹਿਗੁਰੂ ਨੇ ਢਾਡੇ ਮਨ ਦੀ ਖੁਸ਼ੀ ਦੇ ਵਿੱਚੋਂ ਲਈ ਆ ਮਨ ਦੇ ਖੇੜੇ ਦੇ ਵਿੱਚੋਂ ਲਈ ਆ ਉਦਮ ਦੇ ਵਿੱਚੋਂ ਲਈ ਜਾ ਤੇ ਉਤਸ਼ਾਹ ਦੇ ਵਿੱਚੋਂ ਲਈ ਆ ਤੇ ਜਿਵੇਂ ਅਸੀਂ ਸੇਵਾ ਉਦਮ ਚਾਹ ਤੇ ਉਤਸ਼ਾਹ ਦੇ ਨਾਲ ਜਿਹੜੀ ਕਰਦੇ ਆ ਇਸੇ ਤਰ੍ਹਾਂ ਵਾਹਿਗੁਰੂ ਵੀ ਜਿਹੜੇ ਹੈਗੇ ਆ ਉਹ ਉਦਮ ਚਾਹ ਉਤਸ਼ਾਹ ਦੇ ਨਾਲ ਜਿਹੜੇ ਹੈਗੇ ਉਹ ਸਿੱਦੇ ਪ੍ਰਤੱਖ ਦਰਸ਼ਨ ਦੇ ਕੇ ਆਪਣੇ ਗੁਰਸਿੱਖ ਨੂੰ ਨਦਰੋਂ ਨਦਰੀ ਨਿਹਾਲ ਕਰ ਦਿੰਦੇ ਆ ਸੋ ਸੇਵਾ ਦਾ ਜਿਹੜਾ ਨਾ ਐਡਾ ਜਿਹੜਾ ਭਾਰੀ ਫਲ ਹੈਗਾ ਸੋ ਇਹ ਇਸ ਕਰਕੇ ਕਹਿਣ ਤੋਂ ਪਾਵੇ ਆ ਕਿ ਅਗਰ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਕਿਸੇ ਗੁਰਸਿੱਖ ਨੂੰ ਕੋਈ ਮੌਕਾ ਕੋਈ ਅਫਸਰ ਵਾਹਿਗੁਰੂ ਦੇ ਦੇਵੇ ਤੇ ਜੇ ਦਾ ਉਹਨੂੰ ਜਿਹੜਾ ਫਾਇਦਾ ਹਨਾ ਇਸ ਸੇਵਾ ਦੇ ਵਿੱਚ ਉਹ ਪੂਰੀ ਤਰ੍ਹਾਂ ਲੈਣਾ ਚਾਹੀਦਾ ਹੈ ਦਰਸ਼ਨ ਦੇਣੇ ਜਾਂ ਨਾ ਦੇਣੇ ਵਾਹਿਗੁਰੂ ਦੇ ਹੱਥ ਵਿੱਚ ਆ ਪਰ ਜਿਹੜੀ ਸੇਵਾ ਜਿਹੜੀ ਹਨਾ ਅਸੀਂ ਬਿਲਕੁਲ ਨਿਸ਼ਕਾਮ ਹੋ ਕੇ ਕਰਦੇ ਆ ਬਿਨਾ ਕਿਸੇ ਕਾਮਨਾ ਤੋਂ ਕਰਦੇ ਆ ਤੇ ਜਿਹੜਾ ਸਾਡੇ ਅੰਦਰ ਖੇੜਾ ਉਤਸ਼ਾਹ ਬਣਦਾ ਹੈ ਸੇਵਾ ਦਾ ਕਰਕੇ ਇਹੋ ਹੀ ਖੇੜੇ ਇਤਸ਼ਾਹ ਦੀ ਜਿਹੜੀ ਪ੍ਰਸੰਤਾ ਹੈਗੀ ਆ ਉਹ ਪਰਮੇਸ਼ਰ ਦੇ ਅੰਦਰ ਵੀ ਜਿਹੜੀ ਪੈਦਾ ਹੁੰਦੀ ਹੈ ਤੇ ਵਾਹਿਗੁਰੂ ਸਾਡੇ ਅੰਗ ਸੰਗ ਹੋ ਜਾਂਦੇ ਆ ਪਰ ਕਈ ਵਾਰੀ ਐਸੀ ਕਿਰਪਾ ਹੋ ਜਾਂਦੀ ਹੈ ਜਿਹਨੂੰ ਸਾਨੂੰ ਬਾਣੀ ਨੇ ਆਖਿਆ ਕਿ ਕਿਰਪਾ ਅਦ੍ਰਿਸ਼ਟ ਤਨ ਜਾਏ ਨ ਹਰ ਹੋ ਤਾਂ ਕਿ ਤਾਪ ਤਨਕ ਮੋਹਰ ਉਹਦੇ ਸਾਰੇ ਤਾਪ ਜਿਹੜੇ ਜੋ ਵੀ ਦੁੱਖ ਤਿਲੰਦਰ ਸਾਰੇ ਜਿਹੜੇ ਹਨ ਇੱਕ ਛੰ ਦੇ ਵਿੱਚ ਹੀ ਪਰਮੇਸ਼ਰ ਜਿਹੜੇ ਉਹ ਮੇਟ ਦਿੰਦਾ ਹੈਗਾ ਤੇ ਦਰਸ਼ਨ ਤੋਂ ਬਹੁਤ ਵੱਡੀ ਜਿਹੜੀ ਹੈਗੀ ਆ ਇਹ ਵਾਹਿਗੁਰੂ ਦੀ ਕਿਰਪਾਲਤਾ ਹੈ ਸੋ ਇਹ ਦਰਸ਼ਨ ਦਾ ਐਡਾ ਭਾਰੀ ਫਲ ਹੈ ਜਿਹੜਾ ਉਹ ਕਿੱਥੋਂ ਸਾਨੂੰ ਮਿਲਦਾ ਇੱਕ ਥੋੜੀ ਜਿਹੀ ਸੇਵਾਤ ਇੱਕ ਥੋੜੀ ਜਿਹੀ ਸੇਵਾ ਤੋਂ ਜਿਹੜੀ ਨਿਸ਼ਕਾਮ ਹੋ ਕੇ ਕੀਤੀ ਜਾਂਦੀ ਆ ਉੱਥੇ ਵਾਹਿਗੁਰੂ ਸਾਨੂੰ ਦਰਸ਼ਨ ਦੇ ਕੇ ਨਜ਼ਰੀ ਨਜ਼ਰ ਜਾ ਨਿਹਾਲ ਕਰਦੇ ਆ ਉਹ ਜਿਹੜੇ ਗੁਰਸਿੱਖ ਆ ਜਿਨ੍ਹਾਂ ਨੂੰ ਇਹੋ ਜਿਹੀਆਂ ਘਟਨਾਵਾਂ ਦੇ ਵਿੱਚ ਦਰਸ਼ਨ ਹੋ ਜਾਂਦੇ ਆ ਸੋ ਉਹ ਜਿਹੜੇ ਗੁਰਸਿੱਖ ਹੈਗੇ ਆ ਉਹ ਸਭ ਤੋਂ ਉੱਤਮ ਗੁਰਸਿੱਖਾਂ ਦੀ ਸ਼੍ਰੇਣੀ ਦੇ ਵਿੱਚ ਗਿਣੇ ਜਾਂਦੇ ਆ ਸੋ ਇਹੋ ਜਿਹੜੇ ਗੁਰਸਿੱਖਾਂ ਦੀ ਚਰਨ ਧੂੜ ਅਗਰ ਸਾਨੂੰ ਮਿਲ ਜਵੇ ਤਾਂ ਫਿਰ ਭਾਈ ਸਾਡੇ ਧੰਨ ਭਗ ਸਮਝੋ ਕਿਉਂ ਗੁਰੂ ਦੀ ਜਿਹੜੀ ਸੇਵਾ ਜਾਂ ਦਰਸ਼ਨ ਹੈਗੇ ਆ ਜਿਨ੍ਹਾਂ ਨੇ ਕੀਤੇ ਆ ਤੇ ਉਹਨਾਂ ਦੀ ਚਰਨ ਧੂੜ ਅਗਰ ਮੱਥੇ ਨੂੰ ਮਿਲ ਜਵੇ ਤਾਂ ਫਿਰ ਵੀ ਸਾਡੇ ਸਾਰੀ ਉਮਰ ਦੇ ਜਿਹੜੇ ਦੁੱਖ ਦਿਲ ਦੇ ਰਹਿਣਾ ਦੂਰ ਹੋ ਜਾਂਦੇ ਆ ਕਿਉਂਕਿ ਇਹੋ ਜਿਹੇ ਗੁਰਸਿੱਖਾਂ ਕੀ ਹਰ ਧੂੜ ਤੇ ਹਮ ਪਾਪੀ ਵੀ ਗਤ ਪਾਏ ਦੇ ਮਹਾ ਭਗ ਦੀ ਸਮਝ ਆ ਜਾਂਦੀ ਸੋ ਦਾਸ ਇਨਹੀ ਵਚਨ ਕਰਦਾ ਹੋਇਆ ਖਿਮਾ ਦਾ ਜਾਚਕ ਹੋ ਆ ਜੀ ਉਹ ਇੰਆ ਵਿਅੰਤ ਭੁੱਲਾ ਚੁੱਕਾਂ ਦੀ ਖੇਮਾ ਬਖਸ਼ਣੀ ਸੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ